ਤੁਸੀਂ ਦੇਖ ਰਹੇ ਹੋ ਸੰਜੇ ਟੀਵੀ ਮੈਂ ਤੁਹਾਡੀ ਹੋਸਟ ਬਲਜਿੰਦਰ ਕੌਰ ਮੇਰੇ ਵੱਲੋਂ ਸਾਰਿਆਂ ਨੂੰ ਹੀ ਸਤਿ ਸ਼੍ਰੀ ਅਕਾਲ ਤੇ ਤੁਸੀਂ ਸੋਚਣਾ ਕਿ ਅੱਜ ਮੈਂ ਤੁਹਾਨੂੰ ਕਿੱਥੇ ਲੈ ਕੇ ਪਹੁੰਚੀ ਆ ਇਹ ਬੜਾ ਬਿਜ਼ੀ ਇੰਟਰਸੈਕਸ਼ਨ ਹੈ ਜੀ 128 ਤੇ 88 ਦਾ ਇਹ ਇੰਟਰਸੈਕਸ਼ਨ ਹੈਗਾ ਤੇ ਅੱਜ ਸਰੀ ਦੇ ਵਿੱਚ ਪਹਿਲੀ ਸਨੋ ਪੈ ਗਈ ਆ ਦਸੰਬਰ 21st ਸੋ 21 ਦਸੰਬਰ ਆ ਜਿੱਥੇ ਅਸੀਂ ਗੱਲ ਕਰਦੇ ਆ ਇਹਨਾਂ ਮੁਲਕਾਂ ਦੇ ਵਿੱਚ ਲੋਕੀ ਬੜੇ ਐਕਸਾਈਟਡ ਹੁੰਦੇ ਆ ਕਿ ਸਨੋ ਪਵੇ ਸਾਡੇ ਸ਼ਹਿਰ ਦੇ ਵਿੱਚ ਖਾਸ ਕਰਕੇ ਕ੍ਰਿਸਮਸ ਦੇ ਲਾਗੇ ਸਨੋ ਦਾ ਇੰਤਜ਼ਾਰ ਕੀਤਾ ਜਾਂਦਾ ਤੇ ਜਦੋਂ ਕਈ ਵਾਰ ਪਿਛਲੇ ਕਈ ਸਾਲਾਂ ਚ ਨਹੀਂ ਸਨੋ ਪਈ ਸੀ ਤਾਂ ਲੋਕੀ ਲਾਗਲੇ ਸ਼ਹਿਰਾਂ ਚ ਪਿਕਅਪ ਲੈ ਕੇ ਜਾ ਕੇ ਉੱਥੋਂ ਸਨੋ ਪਿਕ ਕਰਕੇ ਲਿਆ ਕੇ ਆਪਣੇ ਉਹਨਾਂ ਨੇ ਡਰਾਈਵੇ ਦੇ ਵਿੱਚ ਆਪਣੀ ਗਾਰਡਨ ਦੇ ਵਿੱਚ ਉਹਨਾਂ ਨੇ ਸਨੋਮੈਨ ਬਣਾਈ ਸੀ ਸੋ ਲੋਕੀ ਬੜੇ ਐਕਸਾਈਟਿਡ ਹੁੰਦੇ ਆ ਸੋ ਦੋਨੋਂ ਪੱਖ ਦੇਖਣੇ ਪੈਣੇ ਆ ਕਿ ਕ੍ਰਿਸਮਸ ਦੇ ਨਾਲ ਸਨੋ ਦਾ ਬੜਾ ਵਧੀਆ ਇੱਕ ਗੂੜਾ ਰਿਸ਼ਤਾ ਆ ਲੋਕੀ ਇਹਨੂੰ ਸ਼ਗਨ ਮੰਨਦੇ ਆ ਕਿ ਜਦੋਂ ਕ੍ਰਿਸਮਸ ਆਉਂਦੀ ਆ ਸਨੋ ਪੈਂਦੀ ਆ ਉਹਨਾਂ ਦਿਨਾਂ 'ਚ ਇਦਾਂ ਲੱਗਦਾ ਕਿ ਕਾਇਨਾਤ ਨੇ ਜਿਦਾ ਬੱਦਲ ਥੱਲੇ ਆ ਗਿਆ ਹੁਣ ਸੋ ਸਾਰੀ ਧਰਤੀ ਇੱਕ ਦੁੱਧ ਚਿੱਟੀ ਹੋ ਜਾਂਦੀ ਆ ਬੜਾ ਸੋਹਣਾ ਲੱਗਦਾ ਆ ਉਹਨਾਂ ਦਿਨਾਂ 'ਚ ਛੁੱਟੀਆਂ ਹੁੰਦੀਆਂ ਤਾਂ ਲੋਕੀ ਇੰਜੋਏ ਕਰਦੇ ਆ ਬੱਚੇ ਸਨੋਮੈਨ ਬਣਾਉਂਦੇ ਆ ਬਾਹਰ ਅੰਦਰ ਜਾਂਦੇ ਆ ਸੋ ਕਈ ਲੋਕੀ ਇਹਨੂੰ ਸਮਝਦੇ ਆ ਕਿ ਇਹ ਇੱਕ ਜੱਬੀ ਪੈ ਗਿਆ ਸਨੋ ਪੈ ਗਈ ਕਿਉਂਕਿ ਸ਼ਵਲ ਚੱਕਣੀ ਪੈਂਦੀ ਆ ਸਨੋ ਮੂਵ ਕਰਨੀ ਪੈਂਦੀ ਆ ਕਾਨੂੰਨ ਦੇ ਮੁਤਾਬਕ ਆਪਣੇ ਡਰਾਈਵੇ ਨੂੰ ਸਾਈਡਵੌਕ ਨੂੰ ਕਲੀਨ ਰੱਖਣਾ ਪੈਂਦਾ ਤਾਂ ਕਿ ਜਿਹੜੇ ਸਾਡੇ ਘਰ ਦੇ ਅੱਗੇ ਉਹਦੀ ਜਿਹੜੇ ਪੈਡਸਟਰੀਆ ਨੇ ਕੋਈ ਲੰਘ ਕੇ ਜਾ ਰਿਹਾ ਹੈਗਾ ਉਹ ਤਿਲਕ ਕੇ ਡਿੱਗ ਨਾ ਪਵੇ ਤੇ ਸਾਈਡਵੌਕ ਕਲੀਨ ਕਰਨੇ ਪੈਂਦੇ ਆ ਪਰ ਕਈ ਇਹੋ ਜਿਹੇ ਸ਼ਹਿਰ ਆ ਜੇ ਟੋਰਾਂਟੋ ਐਡਮੈਂਟਨ ਕੈਲਗਰੀ ਵਿਨੀਪੈਗ ਸ਼ਹਿਰਾਂ ਦੀ ਗੱਲ ਕਰੀਏ ਤੇ ਜਿੱਥੇ ਸਨੋ ਬਹੁਤ ਜ਼ਰਦੀ ਪੈਂਦੀ ਆ ਸੋ ਸਾਡੇ ਸਰੀ ਸਹਿਰ ਦੇ ਵਿੱਚ ਅੱਜ ਸ਼ੁਰੂ ਹੋਈ ਆ ਸੋ ਜਿੱਥੇ ਅਸੀਂ ਸਨੋ ਨੂੰ ਇੰਨਾ ਪੋਜ਼ਿਟਿਵ ਲੈਂਦੇ ਆ ਇੰਨੀ ਖੁਸ਼ੀ ਮਹਿਸੂਸ ਕਰਦੇ ਆ ਕਿ ਸਨੋ ਪੈ ਰਹੀ ਆ ਖੁਸ਼ੀ ਦਾ ਮਾਹੌਲ ਆ ਉੱਥੇ ਕੋਸ਼ ਇੱਕ ਸਾਡਾ ਬਿੰਗ ਇਨ ਮੀਡੀਆ ਸਾਡਾ ਵੀ ਫਰਜ਼ ਬਣਦਾ ਕਿ ਅਸੀਂ ਵੀ ਉਹ ਗੱਲਾਂ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰੀਏ ਜਦੋਂ ਅਸੀਂ ਟ੍ਰੈਫਿਕ ਦੀ ਗੱਲ ਕਰਦੇ ਆ ਤੇ ਅਚਾਨਕ ਹੀ ਅਸੀਂ ਪ੍ਰਪੇਅਰ ਨਹੀਂ ਹੁੰਦੇ ਅਚਾਨਕ ਹੀ ਸਨੋ ਆ ਜਾਣੀ ਘਰੋਂ ਹੁਣ ਜੇ ਮੈਂ ਆਪਣੀ ਗੱਲ ਕਰਾਂ ਤੇ ਮੈਂ ਕੋਈ ਹੈਵੀ ਜੈਕਟ ਸਨੋ ਬੂਟ ਜਾਂ ਕੁਝ ਹੈਟ ਗਲਵਜ਼ ਕੁਝ ਨਹੀਂ ਲੈ ਕੇ ਆਈ ਸੀ ਜਦੋਂ ਅੱਜ ਸਵੇਰੇ ਆਫਿਸ ਆਈ ਸੀ ਤੇ ਮੈਨੂੰ ਜਮਾਂ ਵੀ ਪਤਾ ਨਹੀਂ ਸੀ ਕਿ ਅੱਜ ਸਨੋ ਪੈ ਜਾਵੇਗੀ ਤੇ ਸਨੋ ਪੈਂਦੀ ਦੇਖ ਕੇ ਮੈਂ ਤੋ ਰਹਿ ਆ ਨਹੀਂ ਗਿਆ ਮੈਂ ਸੋਚਿਆ ਕਿਉਂ ਨਾ ਮੈਂ ਬਾਹਰ ਜਾ ਕੇ ਤੁਹਾਡੇ ਨਾਲ ਗੱਲਾਂ ਕਰਾਂ ਇੱਕ ਪੋਜ਼ਿਟਿਵ ਮੈਸੇਜ ਦਈਏ ਤਾਂ ਕਿ ਤੁਸੀਂ ਸਾਰੇ ਇਹਨਾਂ ਗੱਲਾਂ ਦਾ ਖਿਆਲ ਰੱਖ ਸਕੋ ਵੈਸੇ ਵੀ ਜਦੋਂ ਅਸੀਂ ਡਰਾਈਵਿੰਗ ਕਰਦੇ ਹਾਂ ਤੇ ਅਸੀਂ ਕਹਿੰਦੇ ਹਾਂ ਕਿ ਗੈਪ ਗੱਡੀ ਦੇ ਵਿੱਚ ਡਿਸਟੈਂਸ ਰੱਖਣਾ ਮੇਨਟੇਨ ਕਰਨਾ ਬਹੁਤ ਜ਼ਰੂਰੀ ਹੁੰਦਾ ਤਾਂ ਕਿ ਜੇ ਅਚਾਨਕ ਬ੍ਰੇਕ ਲੱਗੀ ਆ ਤੇ ਅਸੀਂ ਆਪਣੀ ਕਾਰ ਸੰਭਾਲ ਸਕੀਏ ਸੰਭਲ ਸਕੀਏ ਸਾਡੇ ਕੋਲ ਵਿੱਚ ਜਗ੍ਹਾ ਹੋਣੀ ਚਾਹੀਦੀ ਹੈ ਸੋ ਜਦੋਂ ਅਸੀਂ ਕਹਿੰਦੇ ਆ ਨਾ ਕਿ ਡਿਸਟੈਂਸ ਮੇਨਟੇਨ ਕਰਕੇ ਰੱਖਣਾ ਚਾਹੀਦਾ ਤੇ ਸਨੋ ਦੇ ਦਿਨਾਂ ਵਿੱਚ ਉਸ ਡਿਸਟੈਂਸ ਨੂੰ ਡਬਲ ਕਰ ਲੈਣਾ ਚਾਹੀਦਾ ਸੋ ਬਹੁਤ ਸਾਰੇ ਲੋਕ ਆ ਜਿਹੜੇ ਸਨੋ ਦੇ ਵਿੱਚ ਡਰਾਈਵਿੰਗ ਕਰਨਾ ਜਿਨ੍ਹਾਂ ਨੂੰ ਇੱਕ ਚੈਲੰਜ ਲੱਗਦਾ ਉਹ ਨਹੀਂ ਪਸੰਦ ਕਰਦੇ ਸੋ ਜੇ ਤੁਹਾਨੂੰ ਲੱਗਦਾ ਕਿ ਤੁਹਾਡੇ ਕੋਲ ਪੂਰਾ ਕੌਨਫੀਡੈਂਸ ਨਹੀਂਗਾ ਤੁਸੀਂ ਨਹੀਂ ਚਲਾ ਸਕਦੇ ਸਨੋ ਚ ਗੱਡੀ ਤੇ ਸਾਨੂੰ ਰਿਸਕ ਨਹੀਂ ਲੈਣਾ ਚਾਹੀਦਾ ਤੇ ਵੈਸੇ ਦੂਜੇ ਪਾਸੇ ਕਹਿੰਦੇ ਆ ਕਹਿੰਦੇ ਜ਼ਿੰਦਗੀ ਚ ਰਿਸਕ ਲੈ ਲੈਣੇ ਚਾਹੀਦੇ ਆ ਸੋ ਕਿਸੇ ਗੱਲ ਨੂੰ ਆ ਆਏ ਤਾਂ ਸਾਨੂੰ ਜ਼ਿੰਦਗੀ 'ਚ ਕੋਈ ਨਵਾਂ ਚੈਲੰਜ ਕੁਛ ਨਾ ਕੁਛ ਸਿੱਖਣਾ ਵੀ ਚਾਹੀਦਾ ਕਦੇ ਸਾਡੇ ਕੰਮ ਵੀ ਆਉਂਦਾ ਆ ਪਰ ਦੂਜੇ ਪਾਸੇ ਜੀ ਅਸੀਂ ਸਨੋਚ ਗੱਡੀ ਲੈ ਕੇ ਜਾ ਰਹੇ ਹਾਂ ਸਾਨੂੰ ਪਤਾ ਵੈਦਰ ਖਰਾਬ ਹੋ ਰਿਹਾ ਤੇ ਅਸੀਂ ਘਰੋਂ ਥੋੜਾ ਜ਼ਿਆਦਾ ਟਾਈਮ ਲੈ ਕੇ ਨਿਕਲੀਏ ਥੋੜਾ ਪਹਿਲਾਂ ਨਿਕਲੀਏ ਤਾਂ ਕਿ ਜਿੱਥੇ ਅਸੀਂ ਪਹੁੰਚਣਾ ਉੱਥੇ ਸਮੇਂ ਸਿਰ ਪਹੁੰਚ ਸਕੀਏ ਤੇ ਖਾਸ ਕਰ ਜਿਹੜੇ ਸਾਡੇ ਬੱਚੇ ਜਾਂ ਜਿਹੜੇ ਹੁਣ ਨਵੇਂ ਇਮੀਗ੍ਰੈਂਟਸ ਇਹਨਾਂ ਕੰਟਰੀਆਂ ਦੇ ਵਿੱਚ ਇਸ ਮੁਲਕ ਦੇ ਵਿੱਚ ਆਏ ਆ ਕਿਉਂਕਿ ਪਹਿਲਾਂ ਤਾਂ ਲੋਕਡਾਊਨ ਸੀ ਹੌਣ ਫਲਾਈਟਸ ਆ ਰਹੀਆਂ ਹੈਗੀਆਂ ਸੋ ਜਿਹੜੇ ਨਵੇਂ ਇੰਟਰਨੈਸ਼ਨਲ ਸਟੂਡੈਂਟ ਆ ਉਹ ਬੱਚੇ ਆ ਜਿਹੜੇ ਇਸ ਮੁਲਖ ਚ ਆਏ ਆ ਆਪਣੀ ਜ਼ਿੰਦਗੀ ਨੂੰ ਵਧੀਆ ਬਸਰ ਕਰਨ ਦੇ ਲਈ ਉਹਨਾਂ ਦੇ ਲਈ ਕਈ ਬੱਚਿਆਂ ਦੇ ਲਈ ਇਹ ਪਹਿਲੀ ਸنوਹਾ ਕਈ ਬੱਚਿਆਂ ਨੂੰ ਆਲਰੇਡੀ ਪਤਾ ਕਿ ਸنوਹ ਇੱਥੇ ਪੈਂਦੀ ਆ ਸੋ ਜਿਹੜੇ ਬੱਚੇ ਡਰਾਈਵ ਕਰਦੇ ਆ ਉਹਨਾਂ ਨੂੰ ਵੀ ਬੇਸ਼ੱਕ ਉਹਨਾਂ ਦੇ ਪੇਰੈਂਟਸ ਬਹੁਤ ਦੂਰ ਆ ਉਹਨਾਂ ਤੋਂ ਉਹ ਫੋਨ ਤੇ ਰਾਹੀਂ ਚਿੰਤਾ ਜ਼ਾਹਿਰ ਕਰਦੇ ਹੋਣਗੇ ਕਿ ਮੇਰਾ ਬੱਚਾ ਸੇਫ ਰਵੇ ਪਰ ਸਾਡੇ ਵੀ ਬੱਚਿਆਂ ਵਰਗੇ ਆ ਸਾਡੀ ਕਮਿਊਨਿਟੀ ਦਾ ਉਹ ਇੱਕ ਹਿੱਸਾ ਨੇ ਸੋ ਸਾਡੀ ਵੀ ਇੱਕ ਡਿਊਟੀ ਆ ਫਰਜ ਬਣਦਾ ਕਿ ਅਸੀਂ ਉਹਨਾਂ ਬੱਚਿਆਂ ਨੂੰ ਵੀ آگਾਹ ਕਰੀਏ ਕਿ ਤੁਸੀਂ ਵੀ ਜ਼ਰੂਰ ਬੱਚਿਓ ਇਸ ਵੈਦਰ ਦੇ ਵਿੱਚ ਡਰਾਈਵਿੰਗ ਦਾ ਖਾਸ ਖਿਆਲ ਰੱਖਿਓ ਤੇ ਜੇ ਤੁਸੀਂ ਡਰਾਈਵ ਨਹੀਂ ਕਰਦੇ ਤੁਸੀਂ ਤੁਰ ਕੇ ਜਾਂ ਬਸ ਰਹੀਂ ਜਾਂਦੇ ਹੋ ਤੇ ਮੇਕ ਸ਼ੋਰ ਮੋٹے ਕੱਪੜੇ ਪਾ ਕੇ ਜ਼ਰੂਰ ਰੱਖਿਓ ਸਨੋ ਸ਼ੂਜ਼ ਪਾ ਕੇ ਜ਼ਰੂਰ ਰੱਖਿਓ ਕਿਉਂਕਿ ਕਈ ਵਾਰੀ ਸਾਨੂੰ ਪਤਾ ਨਹੀਂ ਹੁੰਦਾ ਦੂਜੇ ਮੁਲਕ ਦਾ ਪਹਿਲੀ ਠੰਡ ਆ ਸੋ ਅਸੀਂ ਨਹੀਂ ਚਾਹੁੰਦੇ ਕਿ ਕੋਈ ਵੀ ਇਹ ਛੁੱਟੀਆਂ ਦੇ ਦਿਨ ਚ ਇਹਨਾਂ ਦਿਨਾਂ ਦੇ ਵਿੱਚ ਕੋਈ ਵੀ ਬਿਮਾਰ ਹੋਵੇ ਸੋ ਤੁਸੀਂ ਖਿਆਲ ਰੱਖਣਾ ਆਪਣਾ ਔਰ ਜਦੋਂ ਸنوਹ ਦੀ ਗੱਲ ਕਰਦੇ ਆਂ ਤੇ ਸنوਹ ਦੇ ਵਿੱਚ ਜ਼ਰੂਰ ਅਸੀਂ ਆਪਣੀ ਕਾਰ ਦੇ ਵਿੱਚ ਵੀ ਬ੍ਰਸ਼ ਰੱਖੀਏ ਸਨੋ ਕਲੀਨ ਕਰਨ ਲਈ ਵਿੰਡਸ਼ੀਲਡ ਆਪਣੀ ਕਾਰ ਦੇ ਵਿੱਚ ਫਲੂਇਡ ਜਿਹੜਾ ਉਹ ਪਾ ਕੇ ਰੱਖੀਏ ਸੋ ਟਾਇਰ ਵੀ ਸਾਡੇ ਵਧੀਆ ਹੋਣੇ ਚਾਹੀਦੇ ਆ ਸੋ ਕਿਸੇ ਵੀ ਗੱਲ ਦੀ ਅਸੀਂ ਅਣਗਹਿਲੀ ਨਾ ਕਰੀਏ ਤੁਸੀਂ ਦੇਖ ਸਕਦੇ ਹੋ ਕਿ ਇਹ ਬਿਜ਼ੀ ਇੰਟਰਸੈਕਸ਼ਨ ਆ ਇੱਥੇ ਇਸ ਵਕਤ ਥੋੜਾ ਜਿਹਾ ਰਸ਼ਾਵਰ ਹੁੰਦੇ ਆ ਲੋਕੀ ਕੰਮਾਂ ਤੋਂ ਆਉਂਦੇ ਆ ਸਕੂਲ ਤੋਂ ਬੱਚੇ ਘਰਾਂ ਨੂੰ ਜਾਂਦੇ ਆ ਸੋ ਵੈਦਰ ਖਰਾਬ ਹੋਣ ਕਰਕੇ ਅਸੀਂ ਕੋਸ਼ਿਸ਼ ਕਰੀਏ ਕਿ ਅਸੀਂ ਆ ਪੈਡਸਟਰੀਅਨ ਜਿਹੜੇ ਕ੍ਰਾਸ ਕਰਦੇ ਆ ਉਹਨਾਂ ਦਾ ਖਾਸ ਖਿਆਲ ਰੱਖੀਏ ਕਿਉਂਕਿ ਜਦੋਂ ਸਲਿੱਪਰੀ ਵੈਦਰ ਹੁੰਦਾ ਸਵੇਰੇ ਪਹਿਲਾਂ ਸਨੋ ਜਿਹੜੀ ਡਰਾਈ ਸਨੋ ਪੈ ਰਹੀ ਸੀ ਤੇ ਹੁਣੇ ਵੈਟ ਸਨੋ ਚ ਬਦਲ ਗਈ ਆ ਜੇ ਟੈਂਪਰੇਚਰ ਡਾਊਨ ਹੋ ਗਿਆ ਤੇ ਆਈਸ ਵੀ ਬਣ ਸਕਦੀ ਆ ਸੋ ਜਦੋਂ ਸਲਿੱਪਰੀ ਵੈਦਰ ਹੁੰਦਾ ਆ ਉਦੋਂ ਸਾਨੂੰ ਖਾਸ ਖਿਆਲ ਰੱਖਣਾ ਪੈਂਦਾ ਆ ਜਿਹੜੇ ਤੁਰ ਕੇ ਲੰਘਦੇ ਆ ਉਹਨਾਂ ਦਾ ਵੀ ਜਾਂ ਗੱਡੀਆਂ 'ਚ ਵੀ ਆ ਜੀ ਅਸੀਂ ਚਾਹੁੰਦੇ ਆ ਕਿ ਅਸੀਂ ਸੇਫ ਆਪਣੇ ਘਰ ਪਹੁੰਚੀਏ ਤਾਂ ਸਾਡੀ ਮੋਰਲ ਰਿਸਪਾਂਸਿਬਿਲਟੀ ਆ ਸਾਡਾ ਇਹ ਫਰਜ਼ ਬਣਦਾ ਕਿ ਅਸੀਂ ਦੂਜਿਆਂ ਦਾ ਵੀ ਸੜਕ ਦੇ ਉੱਤੇ ਓਨਾ ਹੀ ਖਿਆਲ ਰੱਖੀਏ ਸੋ ਵੱਖ-ਵੱਖ ਸਿਟੀ ਦੇ ਅਸੀਂ ਤੁਹਾਨੂੰ ਇੰਟਰਸੈਕਸ਼ਨ ਤੇ ਲੈ ਕੇ ਚਲਾਂਗੇ ਹੋਰ ਵੀ ਜਗ੍ਹਾ ਤੇ ਲੈ ਕੇ ਚਲਦੇ ਆ ਸੋ ਤੁਹਾਨੂੰ ਅਸੀਂ ਦੱਸਾਂਗੇ ਕਿ ਕਿਵੇਂ ਵੈਦਰ ਨੇ ਅਫੈਕਟ ਕੀਤਾ ਡਰਾਈਵਿੰਗ ਨੂੰ ਬਹੁਤ ਸਾਰੇ ਲੋਕ ਜਿਹੜੇ ਸਨੋ ਦੇ ਵਿੱਚ ਜਿਨ੍ਹਾਂ ਨੂੰ ਪਤਾ ਹੀ ਨਹੀਂ ਸੀ ਕਿ ਅੱਜ ਸਨੋ ਪੈਣੀ ਆ ਸੋ ਕਈ ਵਾਰੀ ਹੁੰਦਾ ਕਿ ਅਸੀਂ ਘਰੋਂ ਨਿਕਲ ਹੀ ਆਉਂਦੇ ਆ ਸਕਾਲੀ ਚ ਹੁੰਨੇ ਆ ਖਾਸ ਕਰਕੇ ਜਦੋਂ ਸੋਮਵਾਰ ਦਾ ਦਿਨ ਹੁੰਦਾ ਨਾ ਤੇ ਦੋ ਦਿਨ ਬੜੇ ਰਿਲੈਕਸ ਕੀਤੇ ਹੁੰਦੇ ਆ ਸੈਚਰਡੇ ਸੰਡੇ ਦੀ ਛੁੱਟੀ ਤੋਂ ਬਾਅਦ ਜਦੋਂ ਮੰਡੇ ਅਸੀਂ ਨਿਕਲਦੇ ਆ ਤੇ ਬਹੁਤ ਕੁਝ ਅਸੀਂ ਭੁੱਲ ਜਾਂਦੇ ਆ ਸੋ ਮੇਰੇ ਵਰਗੇ ਤੁਸੀਂ ਬਹੁਤ ਜਾਣੇ ਹੋਵੋਗੇ ਜਿਹੜੇ ਟੋਪੀਆਂ ਗਲਵਜ਼ ਜਾਂ ਸਰੋਸ਼ ਉਨ ਨਹੀਂ ਪਾ ਕੀਆ ਕਿਉਂਕਿ ਪਤਾ ਹੀ ਨਹੀਂ ਸੀ ਸਾਨੂੰ ਸਨੋ ਪੈਣੀ ਆ ਤੇ ਮੈਂ ਵੀ ਜਮਾ ਸੋਚਿਆ ਹੀ ਨਹੀਂ ਸੀ ਕਿ ਸਨੋ ਪੈਣੀ ਆ ਪਰ ਆਉਣ ਵਾਲੇ ਸਮੇਂ ਚ ਕਹਿੰਦੇ ਵਧ ਵੀ ਸਕਦੀ ਆ ਅੱਜ ਰਾਤ ਨੂੰ ਹੋਰ ਪੈਣ ਦੇ ਵੀ ਚਾਂਸੇਜ਼ ਆ ਪਰ ਮੇਰੀ ਤਾਂ ਕੋਸ਼ਿਸ਼ ਸੀ ਕਿ ਤੁਹਾਨੂੰ ਸਰੀਚ ਲੈ ਕੇ ਜਾਵਾਂ ਤੁਹਾਨੂੰ ਦਿਖਾਵਾਂ ਕਿ ਸਨੋ ਨੇ ਕਿੰਨਾ ਕੁ ਵੈਦਰ ਨੇ ਇਸ ਨੇ ਟ੍ਰੈਫਿਕ ਨੂੰ ਕਿੰਨਾ ਕੁ ਅਫੈਕਟ ਕੀਤਾ ਤੇ ਕਿਹਨਾ ਗੱਲਾਂ ਦਾ ਸਾਨੂੰ ਖਿਆਲ ਰੱਖਣਾ ਚਾਹੀਦਾ ਸੋ ਤੁਹਾਨੂੰ ਅਸੀਂ ਹੋਰ ਵੀ ਕਿਤੇ ਲੈ ਕੇ ਚੱਲਦੇ ਹਾਂ ਫਰਕੀਪੂ ਵਾਚਿੰਗ ਸੰਜਣਾ ਟੀਵੀ ਕਾਜੀ ਅਸੀਂ ਤੁਹਾਨੂੰ ਸਰੀ ਦੀ ਸੈਰ ਤੇ ਕਰਵਾ ਦਿੱਤੀ ਜਿੱਥੇ ਬੱਚੇ ਸਨੋ ਨਾਲ ਖੇਡਦੇ ਸੀ ਸਕੂਲ ਤੋਂ ਬਾਅਦ ਜਾਂ ਲੋਕੀ ਆਪਣੇ ਘਰ ਦੇ ਡرائیਵੇ ਸਾਫ਼ ਕਰ ਰਿਆ ਸੀ ਸੋ ਹਰ ਕੋਈ ਐ ਇੰਜੋਏ ਕਰ ਰਿਆ ਸੀ ਸਨੋ ਨੂੰ ਪਰ ਹੁਣ ਅਸੀਂ 70 ਰੈਵਨਿਊ ਤੇ 120 ਤੇ ਸਕਾਟ ਰੋਡ ਤੇ ਹੈਗੇ ਹਾਂ ਜਿੱਥੇ ਸਰੀ ਦਾ ਵੱਡਾ ਗੁਰਦੁਆਰਾ ਵੀ ਆ ਗੁਰਦੁਆਰਾ ਜਿਹੜਾ ਸਰੀ ਡੈਲਟਾ ਵਾਲਾ ਆ ਅਰੇ ਜਦੋਂ ਅਸੀਂ ਗੱਲ ਕਰਦੇ ਹਾਂ ਸਨੋ ਦੀ ਕਾਫੀ ਲੋਕ ਤਾਂ ਬਹੁਤ ਸਨੋ ਨੂੰ ਪੋਜ਼ਿਟਿਵ ਵੇ ਦੇ ਨਾਲ ਲੈਂਦੇ ਨੇ ਕਿ ਕ੍ਰਿਸਮਸ ਤੇ ਸਨੋ ਹੋਣੀ ਚਾਹੀਦੀ ਆ ਸੋ ਪਸੰਦ ਕਰਦੇ ਆ ਪਰ ਬਹੁਤੇ ਲੋਕ ਮੇਰੇ ਵਰਗੇ ਸਨੋ ਪਸੰਦ ਵੀ ਨਹੀਂ ਕਰਦੇ ਪਰ ਮੈਂ ਤੇ ਉਹੀ ਕਹਿ ਨਹੀਂ ਮੇਰੇ ਵਰਗੇ ਪਰ ਮੈਨੂੰ ਚੰਗੀ ਲੱਗਦੀ ਆ ਸਨੋ ਪੈਣੀ ਪਰ ਚੰਗੀ ਤਾਂ ਲੱਗਦੀ ਆ ਜੇ ਤੁਹਾਨੂੰ ਡੇ ਆਫ ਹੋਣ ਕੰਮ ਤੇ ਤੁਸੀਂ ਜਾਣਾ ਨਾ ਹੋਵੇ ਘਰੇ ਬੈਠੇ ਹੋਵੋ ਚਾਹ ਦਾ ਹੱਥੇ ਚ ਕਾਪਿਆ ਸੋਫੇ ਤੇ ਬੈਠੇ ਆ ਕੋਈ ਵਧੀਆ ਜਿਹਾ ਫਿਲਮ ਚੱਲ ਰਹੀ ਆ ਜਾਂ ਵਧੀਆ ਜਿਹੀ ਕੋਈ ਡਿਸਕਵਰੀ ਚੈਨਲ ਲੱਗਾ ਆ ਤੇ ਬਾਹਰ ਸਨੋ ਪੈ ਰਹੀ ਹੈਗੀ ਆ ਤੁਸੀਂ ਪਤਲਾ ਜਿਹਾ ਬਲੈਂਕਟ ਪੈਰਾਂ ਤੇ ਲੈ ਕੇ ਬੜੇ ਮ제 ਨਾਲ ਬੈਠੇ ਦੇਖਦੇ ਆ ਨਾ ਸੇ ਤਾਂ ਕਿਆ ਕਹਿਣੇ ਸੇ ਬਹੁਤ ਮਜਾ ਆ ਸਨੋ ਦਾ ਬੱਸ ਵਾਲੇ ਨੇ ਹੁਣ ਮੈਨੂੰ ਦੇਖ ਕੇ ਬੱਸ ਖੜੀ ਕਰ ਲਈ ਵੀ ਸ਼ਾਇਦ ਮੈਂ ਬੱਸ 'ਚ ਜਾਣਾ ਆ ਪਰ ਮੈਂ ਬੱਸ 'ਚ ਜਾਣਾ ਨਹੀਂ ਆ ਕਿਉਂਕਿ ਬੱਸ ਸਟੈਂਡ ਤੇ ਅਸੀਂ ਖੜੇ ਆ ਨਾ ਇਹ ਵੀ ਇੱਕ ਲੌਜੀਕ ਆ ਕਿਉਂਕਿ ਬਾਹਰ ਮੀਂਹ ਵੀ ਪੈ ਰਿਹਾ ਹੈਗਾ ਸਨੋ ਵੀ ਵੈਟ ਪਈ ਹੈਗੀ ਆ ਸੋ ਮੈਂ ਸੋਚਿਆ ਕਿ ਥੋੜਾ ਜਿਹਾ ਕਵਰ ਕਰ ਲਵਾਂ ਕਿਉਂਕਿ ਸਨੋ ਵਾਲੇ ਪੂਰੇ ਵੈਦਰ ਵਾਲੇ ਮੇਰੇ ਕੱਪੜੇ ਨਹੀਂ ਪਾਏ ਸੋਫੇ ਮੈਂ ਜੇ ਬਿਮਾਰ ਹੋ ਗਈ ਤੇ ਇਹ ਵੀ ਇੱਕ ਕਹਿਣਾ ਖਰੇ ਜਾਣ ਕੇ ਸਨੋਚ ਗਈ ਸੀ ਬਹਾਨਾ ਆ ਤੇ ਜਦੋਂ ਅਸੀਂ ਆਉਂਦੇ ਸੀ ਰਾਹ ਦੇ ਵਿੱਚ ਇੱਕ ਗੱਲ ਮੈਨੂੰ ਬੜੀ ਚੰਗੀ ਲੱਗੀ ਜਦੋਂ ਅਸੀਂ ਕਹਿੰਦੇ ਆ ਨਾ ਜਦੋਂ ਅਸੀਂ ਪੰਜਾਬ ਹੁੰਦੇ ਸੀ ਮੀਂਹ ਪੈਣਾ ਤੇ ਜਾਣ ਕੇ ਬਾਹਰੋਂ ਭੱਜ-ਭੱਜ ਕੇ ਚੀਜ਼ਾਂ ਚੱਕਣ ਜਾਣਾ ਮਾਂ ਨੂੰ ਹੁੰਦਾ ਸੀ ਫਿਕਰ ਕਿ ਚੁੱਲ੍ਹਾ ਟਕਿਆ ਪੱਠੀ ਟਕਿਆ ਲੋਟ ਟਕਿਆ ਚੁੱਲ੍ਹਾ ਚੌਂਕਾ ਟੱਕ ਦੋ ਮਿੱਟੀ ਦੇ ਬਣੇ ਹੁੰਦੇ ਸੀ ਮੀਂਹ ਤੋਂ ਬਚਾਉਣਾ ਇਹ ਸਾਨੂੰ ਹੁੰਦਾ ਸੀ ਬਹਾਨੇ ਨਾਲ ਬਾਹਰ ਨਿਕਲਣਾ ਕੋਈ ਚੀਜ਼ ਚੱਕਣ ਜਾਣ। ਕਈ ਵਾਰੀ ਬਹਾਨਾ ਮਾਰਨਾ ਝਾੜੂ ਬਾਹਰ ਪਿਆ ਉਹ ਚੱਕ ਲਈਏ ਤੇ ਮਾਵਾਂ ਕਹਿੰਦੀਆਂ ਹੁੰਦੀਆਂ ਸੀ ਮੀਂਹ 'ਚ ਬਾਹਰ ਨਹੀਂ ਜਾਣਾ। ਸਰ ਜਿੱਲਾ ਹੋ ਗਿਆ ਜੂਆ ਪੈ ਜਾਣੀਆਂ। ਪਰ ਮੈਂ ਇੱਥੇ ਦੇਖਿਆ ਇੱਥੇ ਬੱਚੇ ਬਾਹਰ ਸਨੋ ਡਰਾਈਵੇ ਸ਼ਵਲ ਕਰਦੇ ਆ ਤੇ ਪੇਰੈਂਟਸ ਲਾਗੇ ਰਾਮ ਨਾਲ ਜੇਬਾਂ 'ਚ ਹੱਥ ਪਾ ਕੇ ਖੜੇ ਆ। ਇੱਕ ਤਾਂ ਬੱਚੇ ਦੀ ਐਕਸਰਸਾਈਜ਼ ਹੋ ਗਈ, ਦੂਜਾ ਬੱਚਿਆਂ ਨੇ ਸਨੋ ਰਿਮੂਵ ਕਰ ਦਿੱਤਾ, ਡਰਾਈਵੇ ਸਾਫ਼ ਹੋ ਗਿਆ। ਬੱਚਿਆਂ ਨੇ ਇੰਜੋਏ ਕਰ ਲਿਆ ਤੇ ਸ਼ਾਮ ਨੂੰ ਥੱਕ ਕੇ ਸੌ ਜਾਣਗੇ ਸੋ ਥੋੜਾ ਜਿਹਾ ਉਲਟਾ ਹੁੰਦਾ ਬੱਚਿਆਂ ਤੋਂ ਕੰਮ ਕਰਾਉਣ ਦਾ ਤਰੀਕਾ ਆ ਸੋ ਜੇ ਸਨੋ ਪਈ ਆ ਆਰਾਮ ਨਾਲ ਬੱਚਿਆਂ ਨੂੰ ਪੂਰੇ ਪ੍ਰੋਪਰ ਕੱਪੜੇ ਪਵਾ ਕੇ ਬਾਹਰ ਲੈ ਕੇ ਆਓ ਨਾਲੇ ਉਹਨਾਂ ਨੂੰ ਖੜਾਓ ਸਨੋ 'ਚ ਨਾਲੇ ਆਪ ਖੇਡੋ ਤੇ ਵੈਸੇ ਵੀ ਜਦੋਂ ਸਨੋ 'ਚ ਤੁਸੀਂ ਬਾਹਰ ਖੇਡਦੇ ਆਂ ਠੰਡ ਨਹੀਂ ਲੱਗਦੀ ਤੇ ਹੁਣ ਤੇ ਆਪਾ ਆ ਦਿੱਤ ਬਣ ਚੁੱਕੀ ਆਪਾਂ ਨੂੰ ਇਹਨਾਂ ਮੁਲਖਾਂ ਜਿਹੜਿਆਂ ਨੂੰ ਠੰਡ ਵੈਸੇ ਹੀ ਨਹੀਂ ਲੱਗਦੀ ਪਰ ਡਰਾਈਵਿੰਗ ਦੇ ਵਿੱਚ ਅਸੀਂ ਬਹੁਤ ਕੁਝ ਦੇਖਿਆ ਲੋਕੀ ਬੱਸ ਲੋ ਜਾ ਰਹੇ ਹੈਗੇ ਆ ਜਿਨ੍ਹਾਂ ਨੇ ਪਹਿਲੀ ਵਾਰੀ ਕੋਈ ਡਰਾਈਵ ਕਰ ਰਹੇ ਕਈਆਂ ਦੇ ਕੋਲ ਕੌਨਫੀਡੈਂਸ ਇੰਨਾ ਨਹੀਂ ਹੁੰਦਾ ਉਹ ਵੀ ਬਹੁਤ ਸਲੋ ਗੱਡੀ ਡਰਾਈਵ ਕਰ ਰਹੇ ਆ ਪਰ ਵੈਸੇ ਹੁਣ ਸਲੋ ਦੇ ਨਾਲ ਨਾਲ ਮੀਂਹ ਪੈਣ ਲੱਗ ਪਿਆ ਸੋ ਹੁਣ ਗਿੱਲ ਕਰਵਾਲਾ ਜਿਹਾ ਗਾਰਾ ਜਿਹਾ ਹੋ ਗਿਆ ਇਸ ਕਰਕੇ ਸੜਕ ਤੇ ਵੀ ਦੇਖਦੇ ਆ ਤੇ ਪਾਣੀ ਦੀ ਜਿਆਦਾ ਆਵਾਜ਼ ਆ ਰਹੀ ਆ ਪਰ ਬੜਾ ਵਧੀਆ ਸਰੀ ਦਾ ਮੌਸਮ ਹੋ ਗਿਆ ਆ ਸੋ ਅਸੀਂ ਇਹੀ ਕਹਾਂਗੇ ਜਦੋਂ ਅਸੀਂ ਗੱਲ ਕਹਿੰਦੇ ਆ ਨਾ ਕਿ ਮੀਡੀਆ 'ਚ ਸਾਡੇ ਫਰਜ਼ ਬਹੁਤ ਹੁੰਦੇ ਆ ਸੋ ਅੱਜ ਅਸੀਂ ਤੁਹਾਨੂੰ ਬਾਹਰ ਲੈ ਕੇ ਆਏ ਸੀ ਕਿ ਸਰੀਚ ਪਹਿਲੀ ਸਨੋ ਪੈ ਗਈ ਆ ਸੋ ਪਹਿਲੀ ਸਨੋ ਲਈ ਜਿੱਥੇ ਅਸੀਂ ਐਕਸਾਈਟਿਡ ਆ ਐਨੇ ਜ਼ਿਆਦਾ ਕਿ ਕ੍ਰਿਸਮਸ ਆਉਣੀ ਆ ਤੇ ਸਨੋ ਪੈ ਗਈ ਕ੍ਰਿਸਮਸ ਤੇ ਤੇ ਉੱਥੇ ਸਾਨੂੰ ਡਰਾਈਵਿੰਗ ਦੇ ਵਿੱਚ ਖਾਸ ਖਿਆਲ ਰੱਖਣਾ ਚਾਹੀਦਾ ਪ੍ਰੋਪਰ ਕੱਪੜੇ ਪਾਉਣੇ ਚਾਹੀਦੇ ਹੈਗੇ ਆ ਘਰੋਂ ਅਸੀਂ ਜਾਂਦੇ ਆ ਅੱਜਕੱਲ ਦੇ ਵਾਹਨ ਦੇ ਵਿੱਚ ਪਤਾ ਨਹੀਂ ਕਦੋਂ ਸਨੋ ਪੈਣ ਲੱਗ ਪੈਣੀ ਆ ਕਿਉਂਕਿ ਪਤਾ ਹੀ ਨਹੀਂ ਲੱਗਾ ਅੱਜ ਸਵੇਰੇ ਅਸੀਂ ਸੋਚਿਆ ਹੀ ਨਹੀਂ ਸੀ ਕਿ ਸਨੋ ਵੀ ਪੈ ਸਕਦੀ ਆ ਸੋ ਇਸ ਕਰਕੇ ਅਸੀਂ ਆਪਣਾ ਵੀ ਖਿਆਲ ਰੱਖੀਏ ਅਸੀਂ ਸੜਕ ਤੇ ਹੋਰਾਂ ਦਾ ਵੀ ਖਿਆਲ ਰੱਖੀਏ ਤੇ ਹੁਣ ਬੱਸ ਬਾਰ-ਬਾਰ ਆ ਕੇ ਖੜ ਰਹੀ ਹੈ ਕਿ ਸ਼ਾਇਦ ਮੈਂ ਬੱਸ 'ਚ ਜਾਣ ਨਾ ਆਇਆ ਜਾਂ ਮੈਂ ਬੱਸ ਦੇ ਬੱਸ ਦੀ ਵੇਟ ਕਰ ਰਹੀ ਹੈਗੀ ਆ ਪਰ ਜਿਹੜੇ ਲੋਕੀ ਬੱਸਾਂ 'ਚ ਵੀ ਆ ਜਾ ਰਹੇ ਹੈਗੇ ਆ ਸਕਾਈ ਟ੍ਰੇਨ 'ਚ ਵੀ ਆ ਜਾ ਰਹੇ ਹੈਗੇ ਆ ਸੋ ਪਲੀਜ਼ ਤੁਸੀਂ ਵੀ ਆਪਣਾ ਖਿਆਲ ਰੱਖਿਓ ਪ੍ਰਾਪਰ ਮੋٹے ਕੱਪੜੇ ਸਨੋ ਸ਼ੂ ਪਾ ਕੇ ਬਾਹਰ ਜਾਇਓ ਸਲਿਪਰੀ ਆ ਸੋ ਆਪਣਾ ਖਿਆਲ ਰੱਖੋ ਆਪਣੇਆਂ ਦਾ ਖਿਆਲ ਰੱਖੋ ਤੇ ਇਹੀ ਉਮੀਦ ਕਰਦੇ ਆਂ ਕਿ ਇਹ ਕ੍ਰਿਸਮਸ ਤੁਹਾਡੇ ਸਾਰਿਆਂ ਲਈ ਖੁਸ਼ੀਆਂ ਲੈ ਕੇ ਆਵੇ ਸੋ ਪਹਿਲੀ ਸਨੋ ਅੱਜ ਤੁਹਾਨੂੰ ਛੋਟੀ ਜੀ ਗੇੜੀ ਲਵਾਈ ਸੀ ਉਮੀਦ ਕਰਦੀ ਆਂ ਤੁਸੀਂ ਪਸੰਦ ਕੀਤੀ ਹੋਵੇਗੀ ਸੋ ਮੈਂ ਬਲਜਿੰਦਰ ਕੌਰ ਸਰੀ ਤੋਂ ਤੁਹਾਡੇ ਲਈ ਰਿਪੋਰਟਿੰਗ ਕਰ ਰਹੀ ਸੀ ਸਨੋ ਦਿਖਾ ਰਹੀ ਸੀ ਕੈਮਰਾਮੈਨ ਜੱਸੀ ਦੇ ਨਾਲ ਫਿਰ ਇਸੇ ਤਰ੍ਹਾਂ ਕਿਸੇ ਦਿਨ ਹੋਰ ਕਿਸੇ ਗੇੜੀ ਨੂੰ ਉੱਤੇ ਲੈ ਕੇ ਚਲਾਂਗੇ ਖਿਆਲ ਰੱਖਿਓ ਜੀ ਸਸਿਕਾ